ਕਰਦਾ ਅੱਲਾ ਤੇਰੀ ਖੈਰ ਕਰੇ ਇਹਨੇ ਬੰਬ ਚਲੇ ਤੂੰ ਨਹੀਂ ਮਰਿਆ ਤੂੰ ਮੇਰੇ ਬਗਰੀ ਆ ਅੱਲਾ ਮੈਂ ਚਲਾ ਤੂੰ ਆਇਆ ਨਹੀਂ ਹਾਂ ਚੀਰ ਗਿਆ ਬੱਚੇ ਇੱਥੇ ਨਵੀਂ ਦਿੱਲੀ ਦਾ ਰੋ ਉਹ ਤੈਨੂੰ ਤੇਰੇ ਅਸਲੀ ਪਿਓ ਦਾ ਵਾਸਤਾ ਚੁੱਪ ਕਰ ਜਾ ਭਰਾਵਾ ਬੋਲੀ ਨਾ ਨਹੀਂ ਆਪ ਜੰਮ ਗਿਆ ਮੈਂ ਉੱਥੇ ਸਿੱਧੀ ਜਾਣੀ ਤੂੰ ਚੁੱਪ ਵੀ ਕਰਾ ਉਹਨੂੰ ਕੁਝ ਨਹੀਂ ਕਹਿਣਾ ਕਿਉਂ ਆ ਮੇਰਾ ਨਿੱਕਾ ਭਰਾ ਆਏ ਹਾਂ ਵੇ ਤੇਰੀ ਭੈਣ ਦੀ ਲਾਤ ਬੈਠੀ ਹੈ ਮੇਰੀ ਭੈਣ ਦੀ ਲਾਤ ਨਹੀਂ ਤੇਰੀ ਭੈਣ ਲਿਆ ਤੇਰੀ ਭੈਣ ਨਹੀਂ ਕਿੱਥੋਂ ਆ ਕੇ ਨਹੀਂ ਮਰੇ ਬੱਚੇ ਜੰਮਣ ਵਾਲੀ ਹੈ ਤੂੰ ਮੇਰੇ ਹੁਸਨ ਵੇ ਕੀ ਹੁੰਦਾ ਹੈ ਕੀ ਕਹਾਂ ਤੈਨੂੰ ਸਨੀ ਕੇ ਪਾਪਾ ਨਹੀਂ ਕਹਿ ਸਕਦੀ ਦਾ ਸਨੀ ਪਲਾਸ ਸਨੀ ਪਲਾਸ ਮੈਂ ਤੇ ਆ ਬੜੀ ਸੋਹਣੀ ਆ ਆਹੋ ਪਤਾ ਵੇ ਤੂੰ ਬੜੀ ਸੋਹਣੀ ਹੈ ਹਾਂ ਬਾਕੀ ਤੂੰ ਬੜੀ ਸੋਹਣੀ ਹੈ ਮੈਂ ਹਾਂ ਸੋਹਣੀ ਤੂੰ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾ ਨੀ ਅੱਲਾ ਕਰੇ ਮੈਂ ਮਰ ਜਾਵਾ ਮਰੀ ਜਾ ਮਰਿਆ ਹੀ ਪਿਆ ਤੇਰੀ ਸਮੈਲ ਨਾਲ ਸਾਲੀਏ ਵੇ ਕਿੱਥੋਂ ਆ ਗਈ ਏ ਤੂੰ ਤੂੰ ਵੀ ਔਰਤਾਂ 'ਚ ਫਿਰੀ ਜਾਣੇ ਤਿਆਰ ਹੋ ਕੇ ਹਾਂ ਤੇ ਕੀ ਏ ਔਰਤਾਂ 'ਚ ਵੀ ਨਾ ਔਰਤ ਜੋ ਹੋਈ ਵੇ ਤੂੰ ਤੇ ਵੈਸੇ ਹੀ ਸੜਦਾ ਏ ਹਾਂ ਸੜਦਾ ਮੇਰੇ ਕੀ ਆ ਜਿਆ ਤੂੰ ਸੜਦੀ ਏ ਮੇਰੇ ਕੋਲੋਂ ਓਏ ਤੂੰ ਸੜਦਾ ਏ ਤੂੰ ਸੜਦੀ ਏ ਅੱਗੇ ਕਹਿੰਦਾ ਨਾ ਮੇਰੀ ਸੜਦੀ ਏ ਜੁੱਤੀ ਵੇ ਕੋਝੇ ਜਿਆ ਤਮੀਜ਼ ਨਾ ਰਹਿ ਤੇਰੇ ਕੋਲੋਂ ਸੜਦੀ ਮੇਰੀ ਜੁੱਤੀ ਮੇਰਾ ਸੜਦਾ ਬੂਟ ਬਲਕਿ ਰਹਿਣ ਦੇ ਦੋਨ ਸੜਨ ਤੋਂ ਲਾ ਕਿਉਂ ਇਹਨਾਂ ਦੀ ਸ਼ਾਦੀ ਕਰਦੇ ਆ ਉਹ ਕਰ ਸਾਲ ਬਾਅਦ ਲਾ ਸਾਨੂੰ ਨਿੱਕੀ ਨਿੱਕੀ ਪੰਪੀਆਂ ਦੇਗਾ ਉਹ ਆਪਣੇ ਵੱਡੇ ਭਰਾ ਨੂੰ ਵੇਚਾਂਗੇ ਫਿਰ ਆਪਾਂ ਤੂੰ ਇਹ ਕਹਿ ਹਾਂ ਨਿੱਕੀ ਨਿੱਕੀ ਸੈਵੰਟੀਆਂ ਦੇਏਗਾ ਨਹੀਂ ਠਹਿਰ ਜਾ ਨਹੀਂ ਠਹਿਰ ਜਾ ਨਹੀਂ ਕੀ ਠਹਿਰ ਜਾ ਕੀ ਠਹਿਰ ਜਾ ਚਪੂਤਾ ਤੇਰੇ ਵਰਗੀ ਔਰਤ ਨੂੰ ਕੋ ਡਰਦੇ ਨਹੀਂ ਛੇੜਦਾ ਕਿਉਂ ਨਹੀਂ ਛੇੜਦਾ ਮੰਨ ਕੇ ਤੇ ਕਿਹਦੀ ਬੈਠ ਖਲਾਵਾਂਗੇ ਹਾਏ ਲੱਜੀ ਮੈਂ ਤੇ ਹੈ ਸੋਣੀ ਹਾਂ ਇਹ ਨਹੀਂ ਮਾਸ ਸਦਕੇ ਜਾਵੇ ਤੇ ਤੂੰ ਸੋਣੀ ਆ ਤੇ ਕੋਜੀ ਕਾਉਣਾ ਐ ਮਾਸ ਸਦਕੇ ਜਾਵੇ ਇਸ ਤਰ੍ਹਾਂ ਦੀ ਔਰਤਾਂ ਮਈਤ ਕੋ ਬੈਠੇ ਮਿਸ ਕਾਲ ਮਾਰ ਦਿੰਦੀਆਂ ਨੇ ਨਾਲ ਬੈਠੀ ਔਰਤ ਕਹਿੰਦੀ ਆ ਨੀ ਆਕੇ ਨੇ ਮਾਰਿਆ ਨੀ ਨਾਲ ਬੈਠੀ ਕਹਿੰਦੀ ਨੀ ਮੈਂ ਨੀ ਮਾਰਿਆ ਨੀ ਇਸ ਤਰ੍ਹਾਂ ਜਿਹਨੇ ਕੰਮ ਦਿਖਾਇਆ ਉਹਦਾ ਨਾਲ ਝਾੜਦੀ ਆ ਨੀ ਮੈਂ ਪੜਾਈ ਰੋਕਿਆ ਉਹਦੇ ਰੁਕੇ ਆਈ ਨਹੀਂ ਉਹ ਸ਼ਹਾਦਾ ਅੱਲਾ ਤੇਰੀ ਖੈਰ ਕਰੇ ਭਰਾਵਾ ਬੈਠਾ ਰਹਿ ਕਿਸੇ ਦੇ ਹੱਕ 'ਚ ਭਾਵਾਂ ਬੈਠਾ ਰਹਿ ਚੁੱਪ ਕਰਕੇ ਬੈਠਾ ਰਹਿ ਆ ਤੇਰੇ ਬੋਲਣ ਨਹੀਂ ਬੋਤਰਾ ਦੂਸਰਾ ਭਰਾ ਨਹੀਂ ਦੁਨੀਆ ਤੇ ਆ ਰਿਹਾ ਤੇਰਾ ਆਪਾਂ ਤਿਆਰੀ ਫੜ ਲਾ ਤੂੰ ਉੱਥੇ ਵੀ ਕਹਿੰਦਾ 70 ਹੋਏ ਉਹ ਕਹਿੰਦੇ ਰਹਿਣ ਦੇ ਹਜੇ ਤੇਰਾ ਯਾਮਾ ਜਾਗਣ ਡਿਆ ਬਿਸਮਿਲਲਾ ਚੌਰੀ ਤਾਰਕ ਵੀ ਆਇਆ ਅੱਜ ਤੇ 70 70 70 ਨਾ ਹੋ ਗਿਆ ਤੇਰਾ ਸਾਲਾ ਹੀ ਹੋ ਗਿਆ ਹਾਂ ਤੂੰ ਤੇ ਨਹੀਂ ਤੂੰ ਆਪਣੀ ਭੈਣ ਦੇ ਲਾ ਸਾਲੀ ਉਹਨਾਂ ਨੂੰ ਇੱਥੇ ਦੇ ਪਹਿਲੇ ਸਭ ਤੋਂ ਪਹਿਲੇ ਇਹਨਾਂ ਦੇ ਆ ਜਿਹੜੇ ਮੇਨ ਪਾਰਟੀਆਂ ਨੇ ਮੇਰੀ ਭੈਣ ਹੀ ਕਰਨੀ ਮੈਂ ਕੱਲੀ ਕੱਲੀ ਮਾਪੇ ਦੀ ਧੀ ਆ ਅੱਛਾ ਆਉਣ ਲੱਗੇ ਇੱਟ ਲਾ ਕੇ ਆ ਗਈ ਸੀ ਹਾਂ ਐਨ ਖੱਤੀ ਮਾਂ ਦੀ ਬੱਚੀ ਨਾ ਹੋਵੇ ਤੇ ਤੂੰ ਨੇ ਖੱਤੀ ਮਾਂ ਦਾ ਕਿਸੇ ਚਰਤ ਵੀ ਨਾਲੀ ਪਾ ਦਿੱਤੀ ਜਾ ਬੱਚਾ ਉਹ ਤਮੀਜ਼ ਆ ਮਾਂ ਦੇ ਬਾਰੇ ਗੱਲ ਕਰਨੀ ਚਾਹੀਦੀ ਕਿਉਂ ਮਾਂ ਦੇ ਬਾਰੇ ਸੱਚ ਕਿਸੇ ਸਿਆਣੇ ਨੇ ਕਿਹਾ ਕੀ ਕਿਹਾ ਹੈ ਆਪਣਾ ਨੂੰ ਕੁਝ ਤੇਰੇ ਮਰ ਗਏ ਨੇ ਸਿਆਣੇ ਕਹਿੰਦੇ ਨੇ ਰੱਬ ਨੇ ਮਾਂ ਕੋ ਅਜ਼ਮਤ ਕਮਾਲ ਦੀ ਹਾਂ ਰੱਬ ਨੇ ਮਾਂ ਕੋ ਅਜ਼ਮਤ ਕਮਾਲ ਦੀ ਮਾਂ ਨੇ ਦੁਆ ਕੀ ਅੱਲਾ ਨੇ ਮੁਸੀਬਤ ਟਾਲ ਦੀ ਕੁਰਾਨ ਨੇ ਯੂ ਮਾਂ ਕੇ ਪਿਆਰ ਕੀ ਮਿਸਾਲ ਦੀ ਜੰਨਤ ਉਠਾ ਕੇ ਮਾਂ ਕੇ ਕਦਮੋਂ ਮੇ ਡਾਲ ਦੀ ਲਵ ਯੂ ਲਵ ਯੂ ਲਵ ਯੂ ਮੁਸਲਮਾਨੋ ਬਿਸਮਿਲਲਾ ਬੈਠੋ ਬੈਠੋ ਮੈਂ ਕੀ ਗੱਲ ਸੁਣਾ ਆ ਜਾਨ ਜੀ ਮੇਰਾ ਦਿਲ ਕਰਦਾ ਤੂੰ ਮੈਨੂੰ ਕੋਈ ਸ਼ੇਰ ਸੁਣਾਵੇਂ ਸ਼ੇਰ ਕਿਹੜਾ ਸੁਣਨਾ ਸ਼ਦਾਦੀਏ ਕੋਈ ਚੰਗਾ ਜਿਹਾ ਸੁਣਾ ਦੇ ਚੱਲ ਤੂੰ ਜਰਾ ਮੈਨੂੰ ਥੋੜਾ ਤੁਰ ਕੇ ਦਿਖਾ ਨਾਲੇ ਅੰਦਰ ਮੰਦੇ ਪੈ ਜਾਣਗੇ ਅੱਜ ਠੀਕ ਹੈ ਉਹ ਜਦੋਂ ਟੁਰਦਾ ਸਦਾ ਪੌਦਾ ਲੱਗ ਵਿੱਚ ਖਾਉਂ ਆਇਓ ਟੋਰ ਵੱਡਾ ਨਹੀਂ ਤੇ ਮੈਂ ਮਰਦਾ ਤੇਰੀ ਜ਼ੁਲਫ ਸਿਆ ਕੀ ਥਾ ਮਨ ਤਬਾ ਇਹ ਜ਼ੁਲਫ ਹਟਾ ਨਹੀਂ ਤੇ ਮੈਂ ਮਰਦਾ ਤੇਰੀ ਉੱਠੀ ਨਜ਼ਰ ਕੀਤਾ ਜ਼ਖਮੀ ਜਿਗਰ ਇਹ ਨਜ਼ਰ ਵੱਟਾ ਨਹੀਂ ਤੇ ਮੈਂ ਮਰਦਾ ਤੇਰੇ ਨਾਲ ਹਮੇਸ਼ਾ ਗੈਰ ਹੁੰਦੇ ਅਯੋ ਗੈਰ ਹਟਾ ਨਹੀਂ ਤੇ ਉਹ ਮਰਦਾ ਉਹ ਪਹਿਲੇ ਮਰਿਆ ਏ ਆ ਤੇਰੇ ਤੇ ਉਹਨਾਂ ਨੂੰ ਕੁਛ ਨਹੀਂ ਕਹਿਣਾ ਭਰਾ ਨੇ ਸ਼ਰਾਦੇ ਨੇ ਅੱਛਾ ਉਹ ਆਉਂਦੇ ਤੇ ਰੌਣਕਾਂ ਲੱਗਦੀਆਂ ਨੇ ਬਿਲਕੁਲ ਆ ਤੇਰੇ ਵਰਗੀਆਂ ਬਾਂਦਰੀਆਂ ਤਾਂ ਬਾਹਰ ਮਰੀ ਵਾਲੀ ਸਾਈਡ ਤੇ ਬਹੁਤ ਫਿਰਦੀਆਂ ਨੇ ਇਹ ਆਉਂਦੇ ਤੇ ਰੌਣਕਾਂ ਲੱਗਦੀਆਂ ਨੇ ਹਾਂਜੀ ਤੇ ਘਰ ਵੀ ਲੈ ਜਾ ਤੇਰੇ ਘਰ ਤੇ ਰੌਣਕ ਲੱਗਦੀ ਹੀ ਨਹੀਂ ਆ ਮੈਂ ਕਬਰਸਤਾਨ ਇਹਨਾਂ ਮੈਣੀ ਸਾਹਿਬ ਮੈਣੀ ਸਾਹਿਬ ਆਪਣੇ ਲੋਕ ਬੜੀ ਫਿਰਦੀਆਂ ਔਰਤ ਕੀ ਆਪ ਪੁੱਛਾਂ ਤੇ ਸੇਰ ਸੁਣਾਓ ਮੈਂ ਸੁਣਾਵਾਂ ਹਾਂ ਸੁਣਾ ਅਲਫ ਅੱਗ ਲੱਗੀ ਵਿੱਚ ਸੀਨੇ ਪਿੰਡਾਂ ਛੜ ਕੇ ਵਾਂਗ ਤੰਦੂਰ ਹੋਇਆ ਅਲਫ ਅੱਗ ਲੱਗੀ ਵਿੱਚ ਸੀਨੇ ਤੇ ਸੈਵਨ ਅਪ ਪੀ ਲਾ ਸੈਵਨ ਅਪ ਪੀਤੀ ਭਾਜੀ ਇਹਨੇ ਇੱਕ ਫੰਕਸ਼ਨ ਤੇ ਗਏ ਆ ਹਾਂ ਸਾਰਾ ਉਹ ਕਹਿੰਦੇ ਆਪਣੀ ਆਪਣੀ ਮਰਜ਼ੀ ਦੀ ਬੋਤਲ ਖੋਲ ਕੇ ਪੀਓ ਇਹਨੇ ਬੋਤਲ ਖੋਲ ਕੇ ਪੀਤੇ ਇਹਦੇ ਹੱਥ ਪੈਰ ਮੁੜ ਗਏ ਮੂੰਹ 'ਚ ਝਾਗ ਆਉਣ ਲੱਗੀ ਮੈਂ ਕਿਹਾ ਕੀ ਹੋਇਆ ਕਹਿੰਦੀ ਕੁਛ ਵੀ ਨਹੀਂ ਟੱਕਣ ਦਾ ਲੰਘ ਗਿਆ ਵੀ ਤੂੰ ਸਾਲੀਏ ਟੱਕਣ ਲਾ ਕੇ ਪੀ ਲਾ ਚੱਲ ਛੇ ਸਲਾ ਅਲੇ ਫੱਗ ਲੱਗੀ ਵਿੱਚ ਸੀਨੇ ਪਿੰਡਾ ਸੜ ਕੇ ਵਾਂਗ ਤੰਦੂਰ ਹੋਇਆ ਅੱਛਾ ਤੇਰੇ ਵੀ ਸੀਨੇ ਝਾਗ ਲੱਗਦੀ ਹੈ ਤੇਰੀ ਸੀਨੀ ਹੈ ਵੇ ਕਮੀਨੇ
ਕਮੀਜ਼ ਨਾਲ ਮੇਰੇ ਵਾਲ ਉਂਗਲੀ ਨਾ ਕਰ ਕਿਉਂ ਤੂੰ ਆਊਟ ਹੋ ਜਾਣਾ ਨਹੀਂ ਮੈਂ ਕੋ ਚੱਪਾ ਕਰ ਦਿੰਦਾ ਵਾ ਲਖ ਲਾਨਤੀ ਚੱਪਾ ਰੋਟੀ ਨਹੀਂ ਖਾਦੀ ਭਾਈ ਤੁਹਾਡੇ ਆਉਣ ਦਾ ਟਾਈਮ ਆ ਅੱਜ ਭੈਣ ਡਾਂਸ ਕਰਕੇ ਟਰ ਗਈ ਏ ਹਾਂ ਜੀ ਭੈਣ ਡਾਂਸ ਕਰਕੇ ਤੇਰੀ ਵੀ ਭੈਣ ਡਾਂਸ ਕਰ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅਹਲੁਲ ਕਬੂਰ ਹਾਸਾ ਕਾਦਾ ਉਹ ਮੈਂ ਤੇ ਅਮੀਰ ਆਦਮੀ ਹਾਂ ਮੇਰਾ ਤੇ ਹੱਸਣਾ ਬੰਦਾ ਸਾਡੀ ਲਾਕਡਾਊਨ ਨੇ ਭੈਣ ਕੱਢੀ ਅਸੀਂ ਹੱਸੀਏ ਵੀ ਨਾ ਐ ਨਖਤੀ ਦੇ ਆ ਵੀ ਅਸੀਂ ਤਾਂ ਪਰੇਸ਼ਾਨ ਆ ਪਰੇਸ਼ਾਨ ਜੀ ਵੀ ਹੱਸਣਾ ਚਾਹੀਦਾ ਕਿਉਂਕਿ ਬੰਦਿਆਂ ਕੋਲ ਹੀ ਅਸੀਂ ਮੰਗਣਾ ਸਿਆਣੇ ਕਹਿੰਦੇ ਨੇ ਰੱਬ ਦੀ ਜ਼ਾਤ ਕੋਲੋਂ ਮੰਗੋ ਕਹਿੰਦਾ ਮੰਗਣਾ ਹੈ ਤੋ ਉਸ ਜ਼ਾਤ ਸੇ ਮੰਗ ਜੋ ਕਿਸੇ ਕੀ ਮਹਤਾਜ ਨਹੀਂ ਮੰਗਣਾ ਹੈ ਤੋ ਉਸ ਜ਼ਾਤ ਸੇ ਮੰਗ ਜੋ ਕਿਸੇ ਕੀ ਮਹਤਾਜ ਨਹੀਂ ਦੇਤਾ ਤੋ ਸਭ ਕੋ ਹੈ ਮਗਰ ਲੇਤਾ ਕਿਸੇ ਸੇ ਨਹੀਂ ਚੌਵਾ ਦਿੰਦਾ ਲੱਗ ਹੀ ਜਾਣਾ ਬਾਬਾ ਜੀ ਮੈਂ ਕਹਿੰਦਾ ਮਜ਼ੇ ਆ ਗਏ ਤੇਰੀ ਗੱਲ ਤੇ ਅੱਛਾ ਜੀ ਕੀ ਹੋਇਆ ਹੋਇਆ ਇਹ ਭੈਣ ਤੇਰੀ ਹਾਂ ਜੀ ਤੇਰੀ ਭੈਣ ਤੇ ਤੁਸੀਂ ਇੰਜ ਚੁੰਮਣ ਦੇ ਤੁਹਾਡੇ ਮੁਰਸ਼ਦ ਦੀ ਬੱਚੀ ਹੈ ਆਉਣ ਵਾਲੇ ਸਰਦਾਰ ਭਾਈਆਂ ਨੂੰ ਅਸੀਂ ਵੈਲਕਮ ਕਰਦੇ ਆ ਪੰਜਾਬ ਦੇ ਵਿੱਚ ਜਨਾਬ ਸਰਦਾਰ ਭਾਈਆਂ ਵਾਸਤੇ ਕਲੈਪ ਕਰੋ ਯਾਰ ਸਾਡੇ ਵੀਰੇ ਆਏ ਨੇ ਪੰਜਾਬ ਦੀ ਤਰਫੋਂ ਰੰਗ ਬਰੰਗੀਆਂ ਪੰਗੜੀਆਂ ਬਣ ਕੇ ਯਕੀਨ ਕਰੋ ਸੀਨੇ ਵਿੱਚ ਠੰਡ ਪੈ ਗਈ ਆ ਧੁੰਨੀ ਤਾਂ ਠੰਡ ਪੈ ਗਈ ਆ ਵੀਰੇ ਤੇਰੇ ਪੈ ਜਾਣੀ ਉਹਨਾਂ ਠਹਿਰ ਜਾ ਨਹੀਂ ਠਹਿਰ ਜਾ ਨਹੀਂ ਠਹਿਰ ਜਾ ਓ ਤੇਰੇ ਪੈਣੀ ਪੈਣੀ ਉਹਨਾਂ ਪੈਟਰੋਲ ਚ ਪਵਾ ਕੇ ਦਿੱਤਾ ਏ ਤੇਰੇ ਫੇਰੀ ਫੇਰੇ ਤੇਰੇ ਪੈਟਰੋਲ ਲੈ ਤਮੀਜ਼ ਨਾਲ ਨਹੀਂ ਕੀ ਗੱਲ ਨਹੀਂ ਦੇ ਚਾਚਾ ਆ ਯਾਰ ਚਾਚਾ ਕਿਹੜਾ ਕਿਧਰ ਹੈ ਜਾਨੂ ਨੇ ਕਹਿ ਸਕਦੀ ਤੇਰਾ ਮੂੰਹ ਹੈ ਜਾਨੂ ਵਾਲਾ ਹਾਂ ਤੇ ਹੋਰ ਕਹਿੰਦਾ ਮਾਮੂ ਮੇਰਾ ਮੂੰਹ ਹੈਗਾ ਚਪੇੜਾ ਖਾਣ ਵਾਲਾ ਓਏ ਚਪੇੜਾ ਬਾਅਦ ਚ ਸ਼ਾਦੀ ਤੋਂ ਬਾਅਦ ਮਾਰਨੇ ਚਪੇੜਾ ਜ਼ਰੂਰ ਵੇੜਾ ਖਾਣੀਆਂ ਨੇ ਸ਼ਾਦੀ ਤੋਂ ਬਾਅਦ ਅੱਛਾ ਪਹਿਲੇ ਇਲਾਜ ਕਰਾ ਲੋ ਹਾਂ ਕੀ ਹੈ ਮੈਨੂੰ ਕੀ ਹੈ ਅੱਲਾ ਮਾਫੀ ਦੇ ਮੈਨੂੰ ਪੈਣ ਦੇ ਇਹਦੀਆਂ ਮੁੱਛਾਂ ਦੇਖੋ ਲੱਗਦਾ ਇਹਦੇ ਪਿਓ ਨੇ ਸਹਿਨ ਕੀਤੇ ਤੂੰ ਮੇਰਾ ਨਹੀਂ ਤੇਰਾ ਮੂੰਹ ਤਾਂ ਮੁੱਛ ਕੋਈ ਨਹੀਂ ਇਹਦਾ ਮਤਲਬ ਹੈ ਤੇਰਾ ਪਿਓ ਕੋਈ ਨਹੀਂ 70 ਯਾਰ 70 ਦਾ ਪਿਓ ਹੁੰਦਾ ਕੋਈ ਹਾਂ ਕੀ ਗੱਲ ਹੈ ਰਕਸ਼ਾ ਨੂੰ ਕਹਿੰਦਾ ਹੈ ਮੰਡੀ ਜਾਣਾ ਕੀ ਲਏਗਾ ਉਹ ਕਹਿੰਦਾ 500 ਕਹਿੰਦਾ ਭਾਜੀ ਮੈਂ ਤਮਾਸ਼ਬੀਨ ਨਹੀਂ ਮੇਰਾ ਘਰ ਹੈ ਉੱਥੇ ਹਾਂ ਹੀਰਾ ਮੰਡੀ ਘਰ ਨਹੀਂ ਮਾਸ਼ਾਅੱਲਾ ਤੂੰ ਤੇ ਰਹਿਣੀ ਮਾਮੀਆਂ ਕਲੁੱਡੀ ਹੈ ਨਾ ਤੂੰ ਤੇ ਸਾਲੀਏ ਡੁੱਬਣਪੁਰੇ ਰਹਿਣੀ ਹੈ ਤੂੰ ਇਹ ਨਹੀਂ ਨਹੀਂ ਸਾਲਿਆ ਉਹ ਛੱਡੇ ਖਬਰਦਾਰ ਨੂੰ ਮੁਸ਼ਕਿਆ ਦੇ ਕੀ ਗੱਲ ਹੈ ਵੇ ਤਮੀਜ਼ ਨਾਲ ਚਾਚਾ ਚੂ ਚੂ ਚਾ ਜਹਾਜ਼ ਤੇ ਬੈਠਾ ਮੈਨੂੰ ਕਹਿੰਦਾ ਮੈਂ ਬਾਹਰ ਜਾ ਰਿਹਾ ਵਾਂ ਮੈਂ ਕਿਹਾ ਜੀ ਤੇ ਤੂੰ ਬੈਠਾ ਹੈ ਅੰਦਰ ਜਾ ਰਿਹਾ ਕਰਾਚੀ ਤੱਕ ਜਾਣਾ ਨੇ ਪੂਰੇ ਪਾਕਿਸਤਾਨ ਚ ਬਾਹਰ ਦੇ ਮੁਲਕ ਨਹੀਂ ਜਾ ਰਿਹਾ ਇਹ ਵੀ ਜਹਾਜ਼ ਤੇ ਬੈਠਾ ਤੇ ਮੈਂ ਤੇ ਬੈਠ ਨਹੀਂ ਸਕਦਾ IM-70 ਮੋਟਰਸਾਈਕਲ ਅੱਛਾ ਲਾ ਗੱਲ ਸੁਣਿਆ ਕਰ ਅੱਛਾ ਜੀ ਸਤਵੀਂ ਮੰਦਰ ਤੋਂ ਟਿਕਾ ਠਾ ਠਾ ਲੋਕ ਇਕੱਠੇ ਉਹਨਾਂ ਕਹਿੰਦਾ ਕੀ ਹੋਇਆ ਕਹਿੰਦਾ ਪਤਾ ਨਹੀਂ ਬਾਜੀ ਮੈਂ ਤੇ ਆਪ ਹੋਣਾ ਆਇਆ ਹੋਣਾ ਆਹ ਤੂੰ ਲੱਗ ਤੇ ਹੱਥ ਕਰ ਰੱਖਿਆ ਇਲਾਜ ਕਰਨ ਕਰਾਉਂਦਾ ਇਲਾਜ ਤੈਨੂੰ ਸ਼ਿਕਾਇਤ ਆਈ ਹੈ ਕੋਈ ਤੁਸੀਂ ਚਿੱਟੇ ਹੋ ਨਾ ਆਹੋ ਤੁਸੀਂ ਉਹ ਤਾਂ ਬੱਚੇ ਹੋਣੇ ਆ ਓਏ ਹੋਏ ਹੋਏ ਤੁਹਾਡੇ ਵਰਗਾ ਚਿੱਟਾ ਬੱਚਾ ਸ਼ਾਮ ਨੂੰ 8 ਵਜੇ ਘਰ ਨਾ ਆਵੇ ਆਹੋ ਘਰ ਦਾ ਸਿਆਣਾ ਬੰਦਾ ਕਹਿ ਰਿਹਾ ਹੁੰਦਾ ਰਗੜਿਆ ਗਿਆ ਵੀ ਮੇਰਾ ਮਕਸਦ ਘਰ ਨਹੀਂ ਪਹੁੰਚਿਆ ਤੇ ਰਗੜਿਆ ਗਿਆ ਗੱਲ ਕਲੀਅਰ ਕਰਿਆ ਕਰ ਰਗੜਿਆ ਗਿਆ ਨਾ ਪੁੱਤਰ ਨਾ ਹੋਵੇ ਤਾਂ ਕਲੀਅਰ ਹੀ ਕੀਤੀ ਅੰਕਲ ਜੀ ਵੇ ਹੱਥ ਨਾ ਲਾਵੇ ਤੇਰੇ ਸੁੱਤਕੇ ਜਾਵਾਂ ਕੰਮ ਕੰਜਰਾ ਵਾਲਾ ਗੁੱਸਾ ਨਾਜ਼ਮ ਦੀ ਧੀ ਵਾਲਾ ਸਾਲੀਓ ਤੁਹਾਨੂੰ ਹੱਥ ਨਾ ਲੱਗੇ ਤੁਸੀਂ ਭੁੱਖੀਆਂ ਮਰ ਜਾਓ